ਅਸਲਾਮ ਅਲੈਕਮ ਜੀ ਮੇਰਾ ਬਾਜ਼ੀ ਅੱਜ ਚੀਚਾ ਉਦਨੀ ਪਾਕਿਸਤਾਨ ਚੀਚਾ ਉਦਨੀ ਸਿਟੀ 'ਚ ਅੱਜ ਹੀ ਖਰੀਦੋ ਫਰੋਖਤ ਕਰ ਰਿਹਾ ਬਜ਼ੁਰਗ ਸਾਡੇ ਮੋਗੇ ਵਾਲੇ ਜੀਰੇ ਵਾਲੇ ਵੀ ਕਹਿੰਦੇ ਕਿਸ਼ਨਪੁਰੀ ਸਹੀ ਪਿੰਡ ਕਿਸ਼ਨਪੁਰਾ ਕਲਾਂ ਸਾਡਾ ਜੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਅਤੇ ਇੱਥੇ ਅੱਬੋ ਜੀ ਮੇਰੇ ਰਹਿੰਦੇ 44 ਐਲ 'ਚ ਕੱਸੋਵਾਲ ਅੱਡਾ ਅਤੇ ਚੀਚਾ ਉਦਰੀ ਤਹਿਸੀਲ ਜ਼ਿਲ੍ਹਾ ਸਹੀਵਾਲ ਅਤੇ ਸਬਜ਼ ਮੰਡੀ ਹੈ ਚੀਚਾ ਉਦਨੀ ਵਾਲੀ ਹੁਣ ਤਾਂ ਟਾਈਮ ਵਾਹਵਾ ਹੋ ਗਿਆ ਅਤੇ ਸੁਬਹਾ ਤਾਂ ਬੰਦਾ ਨਹੀਂ ਲੰਘ ਸਕਦਾ ਬੜਾ ਰਸ਼ ਹੁੰਦਾ ਅਤੇ ਵਿਆਹੇ ਮੇਰੇ ਅੱਬਾ ਜੀ 1945 'ਚ ਇਹਨੇ ਸ਼ਾਦੀ ਹੋਈ ਸੀ ਚਕਰ ਪਿੰਡ ਜਗਰਾਵਾਂ ਦੇ ਲਾਗੇ ਰਸੂਲਪੁਰ ਬਿਲਗਲ ਵੀ ਕਹਿੰਦੇ ਲਾਗੇ ਆਹ ਦੇਖ ਲਓ ਚੀਚਾ ਉਦਨੀ ਵਾਲੀ ਮੰਡੀ ਅਤੇ ਸਾਡੇ ਬਜ਼ੁਰਗ ਅੱਜ ਖਰੀਦੋ ਫਰੋਖਤ ਕਰ ਰਿਹਾ ਅਤੇ ਮੈਂ ਤੁਹਾਨੂੰ ਮੰਡੀ ਦਿਖਾਉਂਦਾ ਅੱਜ ਹੈ ਚੀਚਾ ਉਦਨੀ ਵਾਲੀ ਬਾਬਾ ਜੀ ਕੀ ਹਾਲ ਆ ਸਿਹਤ ਦਾ ਖਿਆਲ ਕਰੋ ਇਮਰਾਨ ਖਾਨ ਕਹਿੰਦਾ ਯਾਰ ਆਪਣੀ ਸਿਹਤ ਦਾ ਖਿਆਲ ਕਰੋ ਠੀਕ ਹੈ ਨਾ ਹੋਰ ਭਾਈ ਕੀ ਹਾਲ ਕੀ ਕਿਲੋ ਗਾਜਰਾਂ ਲਓ ਜੀ 100 ਦੀਆਂ 6 ਕਿਲੋ ਪਾਕਿਸਤਾਨੀ ਰੁਪਈ ਤੁਹਾਡਾ ਮੂੰਗਰਾ ਕੀ ਕਿਲੋ ਅੱਜ 50 ਰੁਪਈਏ ਲਾ ਹਜੇ ਵੀ ਕਹਿੰਦੇ ਫਿਰਦੌਸ ਆਸ਼ਕਵਾਨ ਨੇ ਮਹਿੰਗਾ ਕੀਤਾ ਆਹ ਦੇਖ ਸਸਤਾ ਕੀਤਾ ਫਿਰਦੌਸ ਆਸ਼ਕਵਾਨ ਦੀ ਮੰਨ ਲਈ ਇਹਨੇ ਕਿਉਂਕਿ ਉਹਨਾਂ ਦੇ ਕਜੇ ਨਹੀਂ ਲੱਗਦੇ ਹੋਰ ਆ ਮਾਸ਼ਾਅੱਲਾ ਦੇਖੋ ਜੀ ਗੋਭੀ ਵੀ ਗੋਭੀ ਕੀ ਕਿਲੋ ਲੈ 100 ਦੀ 5 ਕਿਲੋ ਗੋਭੀ ਜਨਾਨੀ ਨਾਲ ਗੱਲਬਾਤ ਕਰ ਰਿਹਾ ਕਿ ਇਹ ਤੇਰੀ ਇੰਡੀਆ ਜਾ ਰਹੀ ਆ ਮੋਗੇ ਵਾਲੇ ਤੇ ਜਲੰਧਰ ਵਾਲੇ ਸਾਰਿਆਂ ਨੂੰ ਸੁਣ ਲੈਣੀ ਕਿੰਨੇ ਦੀ ਗੁੱਟੀ ਮਾਨਾ ਸਸਤਾ ਯਾਰ 30 ਦੀ ਲੈ ਚੱਲੀਏ ਫਿਰ ਚੱਲ ਮੈਂ ਲੈ ਜਾਂਦਾ ਲੈ ਜਾਂਦੇ 2 ਗੁੱਟੀਆਂ 30 ਰੁਪਏ ਦੀ 2 ਕਿੰਨੇ ਦੀਆਂ ਹੋ ਗਈਆਂ 60 ਦੀਆਂ ਚੱਲ ਮੇਰੀਆਂ ਰੱਖ ਲਾ 2 ਹੁਣ ਲੈ ਜਾਂਦੇ ਆਪਾਂ ਅਤੇ ਮੇਥੀ ਵੀ ਲਾ ਲੈਂਦੇ ਉਹ ਕੋਈ ਨਹੀਂ ਆ ਗਾਜਰਾਂ ਸੋਹਣੀਆਂ ਅਤੇ ਹੋਰ ਨਹੀਂ ਮਾਰ ਪੈ ਜੂ ਤਾਂ ਆਪਾਂ ਕੋਈ ਨਹੀਂ ਭਾਜਾਂਗੇ ਨਹੀਂ ਲੈ ਜਾਂਦੇ ਇੱਕ ਮਿੰਟ ਆ ਸਟੂਡੈਂਟ ਦੇਖ ਲਓ ਜੀ ਨਾਸ਼ਤਾ ਕਰ ਰਿਹਾ ਹੈ ਚੀਚਾ ਉਨੀ ਦੇ ਸਟੂਡੈਂਟ ਘਰੋਂ ਭੱਜੇ ਜੋ ਆਹ ਬਾਬਾ ਸਾਡਾ ਪਿਆ ਜੋ ਇਮਰਾਨ ਖਾਨ ਦਾ PTI ਦਾ ਜੈਲਾ ਅਤੇ ਇਹ ਬਾਬਾ ਜੀ ਤੁਹਾਡਾ ਮੂੰਗਰਾ ਕੀ ਕਿਲੋ ਆ ਲੈ 40 ਰੁਪਈਏ ਮੂੰਗਰਾ ਕਰਤਾ ਜੀ ਆਹ ਹੁਣ ਨਿੰਬੂਆਂ ਨੂੰ ਕੋਈ ਪੁੱਛਦਾ ਨਹੀਂ ਹੋਰ ਮੌਲਵੀ ਜੀ ਤੁਸੀਂ ਕਰਦੇ ਇੱਥੇ ਮੇਰਾ ਇੱਥੇ ਸੁਪਰ ਸਟੋਰ ਹੈ ਕਿਹੜੀ ਜਗ੍ਹਾ ਸਟੇਡੀਅਮ ਦੇ ਬਿਲਕੁਲ ਸਾਹਮਣੇ ਅੱਛਾ ਅੱਛਾ ਮਾਸ਼ਾਅੱਲਾ ਸਹੀ ਚੱਲਦਾ ਅਲਹਮਦੁਲਿਲਾ ਚਲੋ ਬਜ਼ੁਰਗਾਂ ਨੇ ਹੁਣ ਇੰਡੀਆ ਜਾਣਾ ਮੈਂ ਕਹਿੰਦਾ ਜਰਾ ਮੰਡੀ ਦੀ ਵੀਡੀਓ ਬਣਾ ਦੇਣਾ ਨਹੀਂ ਨਹੀਂ ਸਹੀ ਹੈ ਆਹ ਡੱਡੇ ਕਿੱਦਾਂ ਆਹੋ ਡੱਡੇ ਕੋਈ ਨਹੀਂ ਯਾਰ ਖਾਸ ਤੇ ਚੱਲ ਇੱਦਾਂ ਦੱਸ ਦੇ ਮਹਿੰਗਾਈ ਕਿੱਦਾਂ ਇਮਰਾਨ ਖਾਨ ਨੇ ਠੀਕ ਕੀਤਾ ਗਲਤ ਕੀਤਾ ਪਾਕਿਸਤਾਨ ਨੇ ਲੋਕ ਕੀ ਠੀਕ ਕਰ ਸਕਦੇ ਆ ਹਾਂ ਅੱਛਾ ਲੋਕ ਦੇ ਆਪਣੇ ਘਰ ਦਾ ਨਿਜ਼ਾਮ ਨਹੀਂ ਠੀਕ ਕਰ ਸਕਦੇ ਫਿਰ ਮੁਲਕ ਕਿੱਦਾਂ ਠੀਕ ਹੋਏਗਾ ਮੁਲਕ ਕਿੱਦਾਂ ਠੀਕ ਹੋ ਜਾਏਗਾ ਅੱਛੀ ਗੱਲ ਕੀਤੀ ਅੱਛੀ ਗੱਲ ਕੀਤੀ ਹਾਂਜੀ ਮੁਲਕ ਤੇ ਠੀਕ ਹੋਣਾ ਸਾਡੇ ਅਮਲਾਂ ਦੀ ਵਜ੍ਹਾ ਨਾਲ ਠੀਕ ਹੋਣਾ ਅਸੀਂ ਗਲਤ ਆ ਨਾ ਬੇਈਮਾਨ ਅਸੀਂ ਖੁਦ ਆ ਠੀਕ ਹੈ ਨਾ ਬਿਲਕੁਲ ਇਹ ਚੀਜ਼ ਆ ਅਸੀਂ ਖੁਦ ਬੇਈਮਾਨ ਆ ਕੋਈ ਲੰਬੀ ਟਾਪਿਕ ਬਹਿਸ ਹੋ ਜਾਣੀ ਤੇ ਮਿਹਰਬਾਨੀ ਤੁਸੀਂ ਵਿਊ ਅੱਛਾ ਹੁੰਦਾ ਆ ਕੀ ਕਿਲੋ ਡੇਢ ਸੌ ਰੁਪਈਏ ਕਿਲੋ ਦੇਖ ਲਾ ਅੱਬਾ ਤੇਰੀ ਮਰਜ਼ੀ ਆ ਬਾਬਾ ਵੀ ਖਰੀਦੋ ਫਰੋਖਤ ਕਰਨ ਆਇਆ ਗੋਭੀ ਕੀ ਕਿਲੋ ਜੀ ਬਾਬੇ ਦੀ ਬਾਬਾ ਇੱਥੇ ਹੀ ਆ ਕੀ ਹਾਲ ਆ ਜੀ ਸਲਾਮ ਅਲੈਕੁਮ ਕੀ ਹਾਲ ਬਜ਼ੁਰਗ ਸਾਡੇ ਤੁਹਾਡਾ ਇੰਡੀਆ ਪਿੰਡ ਕਿਹੜਾ ਸੀ ਯਾਰ ਇੱਥੇ ਤੇ 115-12 ਵਾਲਾ ਉੱਥੇ ਇੰਡੀਆ 'ਚ ਅੱਛਾ ਸ਼ੁਰੂ ਤੋਂ ਹੀ ਆ ਬੜੀ ਗੱਲ ਆ ਆਪਣਾ ਉਹ ਬਾਬੇ ਆਹ ਕੀ ਕਿਲੋ ਆ 20 ਰੁਪਈਏ ਕਿਲੋ ਸਸਤੀ ਹੋ ਗਈ ਜਨਾਬ ਆਹ ਇਹਨੂੰ ਕੀ ਕਹਿੰਦੇ ਆਪਣੇ ਚਾਹ ਚੁਕੰਦਰ ਲਾ ਚੁਕੰਦਰ ਖਾ ਕੇ ਹੋ ਜਾਓ ਅੰਦਰ ਇਹ ਕੀ ਕਿਲੋ ਆ ਲਾ ਜੀ ਦੇਖ ਲਾ ਆਹ ਨਿੰਬੂ ਸਸਤੇ ਲੱਗਦੇ ਅੱਜ ਆਹ ਨਿੰਬੂ ਕੀ ਕਿਲੋ ਆ ਨਿੰਬੂ ਮੌਲਵੀ ਨਿੰਬੂ 50 ਰੁਪਏ ਕਿਲੋ ਲੈ ਸਸਤਾ ਹੋ ਗਿਆ ਮਾਲ ਹਾਂ ਵੀ ਚੌਰੀ ਉਹ ਨੈੱਟ ਨਾ ਚਲਾ
ਕੀ ਹਾਲ ਆ ਆ ਗਾਜਰਾਂ ਕੀ ਕਿਲੋ ਲਾਤੀਆਂ ਗਾਜਰ 20 ਰੁਪਏ ਕਿਲੋ ਲੋ 20 ਰੁਪਏ ਕਿਲੋ ਤੇ ਅੱਜ ਸਸਤਾ ਹੋਇਆ ਖੜਾ ਮਾਲ ਹੈ ਦੇਖ ਲੋ ਚੀਚਾਨੀ ਵਾਲੀ ਮੰਡੀ ਜਵਾਨੋ ਦੇਖ ਲੋ ਹਾਂ ਅੱਛੀ ਚੀਚਾਨੀ ਵਾਲੀ ਮੰਡੀ ਦੇਖ ਲੋ ਬਾਬਾ ਤੇਰਾ ਕੀ ਹਾਲ ਆ ਮਿਹਰਬਾਨੀ ਮਿਹਰਬਾਨੀ ਦੇਖ ਲਾ ਬਾਬਾ ਵੀ ਯਾਦ ਕਰ ਰਿਹਾ ਮੋਗੇ ਵਾਲਿਆਂ ਨੂੰ ਤੇ ਜੀਰੇ ਵਾਲਿਆਂ ਨੂੰ ਤੁਹਾਡਾ ਪਿੱਛੇ ਪਿੰਡ ਕਿਹੜਾ ਸੀ ਇੰਡੀਆ 'ਚ ਇੰਡੀਆ 'ਚ ਗੁਰਦਾਸਪੁਰ ਗੁਰਦਾਸਪੁਰ ਪਿੰਡ ਕਿਹੜਾ ਸੀ ਯਾਰ ਪਿੰਡ ਦਾ ਨਹੀਂ ਹੋਰ ਮੈਨੂੰ ਪਤਾ ਬਾਬੇ ਦਾਦਿਆਂ ਨੇ ਕੁਝ ਨਹੀਂ ਤੈਨੂੰ ਦੱਸਿਆ ਨਹੀਂ ਯਾਰ ਚੰਗਾ ਪਤਾ ਹੁਣ ਸਾਡੇ ਕੋਲੋਂ ਪੁੱਛ ਕੇ ਗਲੀਆਂ ਦਾ ਤੈਨੂੰ ਦੱਸ ਦਾਂਗੇ ਸਾਡੇ ਪਿੰਡ ਦੀਆਂ ਕਿੰਨੀਆਂ ਸੀ ਚਲੋ ਬਾਬਾ ਤੇਰਾ ਪਿੰਡ ਕਿਹੜਾ ਸੀ ਇੰਡੀਆ 'ਚ ਸ਼ਹਿਰ ਮੋਗੇ ਵਾਲੀ ਮੋਗਾ ਦਾ ਮੇਰੇ ਪਿੰਡ ਦਾ ਨਿਕਲਿਆ ਕਿਹੜਾ ਪਿੰਡ ਸੀ ਸ਼ਹਿਰ ਮੋਗਾ ਹੀ ਲੱਗਦਾ ਸੀ ਨਾਲ ਪਿੰਡ ਕਿਹੜਾ ਸੀ ਚੱਕ ਦਾ ਨਾਂ ਕੀ ਸੀ ਸ਼ਹਿਰ ਤੋਂ ਮੋਗਾ ਲੱਗ ਗਿਆ ਉਹ ਸਾਨੂੰ ਵੀ ਲੱਗਦਾ ਸੀ ਤੇ ਉਹਦਾ ਪਿੰਡ ਕਿਹੜਾ ਸੀ ਕੋਈ ਯਾਦ ਨਹੀਂ ਪਿੰਡ ਸ਼ਹਿਰ ਚੜੇਕ ਕੀ ਸ਼ਹਿਰ ਚੜੇਕ ਸ਼ਹਿਰ ਲੱਗਦਾ ਸ਼ਹਿਰ ਚੜੇਕ ਸ਼ਹਿਰ ਸੀ ਜਾਂ ਪਿੰਡ ਸੀ ਸ਼ਹਿਰ ਸੀਗਾ ਚੜੇਕ ਅੱਛਾ ਉੱਥੋਂ ਦੇ ਪਿੰਡ ਚੜੇਕ ਸੀ ਅੱਛਾ ਉੱਥੋਂ ਦੇ ਸੀ ਤੁਸੀਂ ਰਹਿਣ ਵਾਲੇ ਅੱਛਾ ਅੱਛਾ ਠੀਕ ਹੋ ਗਿਆ ਠੀਕ ਹੋ ਗਿਆ ਬਾਬਾ ਕਿੱਧਰ ਚੱਲ ਗਿਆ ਸਾਡਾ ਆਹ ਬਾਬਾ ਪਤਾ ਨਹੀਂ ਕਿੱਧਰ ਸਾਡਾ ਚਲੇ ਗਿਆ ਕਿਤੇ ਸਬਜ਼ੀ ਲੈਣ ਗਿਆ ਹੁਣ ਚਲੋ ਮੈਂ ਨਾ ਬੱਸ ਕੇ ਨਹੀਂ ਗਿਆ ਇੰਨੀ ਕੁ ਬੜੀ ਆ ਰੇਟ ਵੀ ਪਤਾ ਲੱਗ ਗਿਆ ਅਤੇ ਮੋਗਾ ਵੀ ਮੁੰਡੇ ਬੰਦੇ ਮੋਗੇ ਦੇ ਵੀ ਮਿਲੇ ਸਾਰੇ ਚਲੋ ਠੀਕ ਆ ਆਹ ਬੰਦਾ ਬੈਠਾ ਆਹ ਬੰਦੇ ਨੂੰ ਮਿਲਣਾ ਸਲਾਮ ਅਲੈਕੁਮ ਖਾਨ ਸਾਹਿਬ ਰਮਾਨੀ ਸਾਹਿਬ ਠੀਕ ਆ